ਹਾਂਜੀ ਦੋਸਤੋ, ਸਵਾਗਤ ਤੁਹਾਡਾ ਸਾਡੇ ਚੈਨਲ ਚਾਚਾ ਸਿਨਰੀ 'ਤੇ। ਤਾਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਫੋਟੋ ਜੀ ਦੇਖੀ ਮੈਂ, ਜੋ ਕਿ ਸਿੱਧੂ ਮੂਸੇਵਾਲੇ ਦੇ ਫੈਨਸ ਵੱਲੋਂ ਅਪਲੋਡ ਕੀਤੀ ਜਾ ਰਹੀ ਹੈ ਕਿ ਕਰਨ ਔਜਲਾ ਦੀ ਜੋ ਬੈਕ ਦਾ ਫੱਕਅਪ ਐਲਬਮ ਦੀ ਦੂਜੀ ਇੰਟਰੋ ਆਈ ਹੈ, ਉਸ ਇੰਟਰੋ ਦੇ ਥੰਬਨੇਲ ਵਿੱਚ ਜੋ ਕਰਨ ਔਜਲਾ ਨੇ ਪੋਜ਼ ਬਣਾਇਆ ਹੈ, ਉਹ ਉਸਨੇ ਕਾਪੀ ਕੀਤਾ ਸਿੱਧੂ ਮੂਸੇਵਾਲੇ ਦੇ ਕੈਰਾਬੂਸ ਗਾਣੇ ਦੇ ਪੋਸਟਰ ਤੋਂ। ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਇਹ ਕੋਈ ਕਾਪੀ ਕੂਪੀ ਨਹੀਂ ਹੈ, ਕਿਉਂਕਿ ਆਲਰੇਡੀ ਇਹ ਪੋਜ਼ ਲੈਜੈਂਡਰੀ ਸਿੰਗਰ ਟੂਪਾਕ ਵੱਲੋਂ ਬਹੁਤ ਪਹਿਲਾਂ ਇਨਵੈਂਟ ਕਰ ਦਿੱਤਾ ਗਿਆ ਸੀ। ਇਨਵੈਂਟ ਵੀ ਕੀ, ਉਹ ਤਾਂ ਬਸ ਕਿਸੇ ਨੂੰ ਗਾਲ ਕੱਢ ਰਿਹਾ ਸੀ ਪੁਲਿਸ ਵਾਲੇ ਦੇ ਸਾਹਮਣੇ, ਅਤੇ ਲੋਕਾਂ ਨੇ ਐਡੀਟਿੰਗ ਕਰਕੇ ਪੁਲਿਸ ਵਾਲੇ ਨੂੰ ਹਟਾ ਦਿੱਤਾ ਅਤੇ ਟੂਪਾਕ ਸ਼ਾਕੁਰ ਦਾ ਇਹ ਪੋਜ਼ ਉਸਦੀ ਚੜ੍ਹਾਈ ਕਾਰਨ ਹਿੱਟ ਹੋ ਗਿਆ, ਜਿਸ ਨੂੰ ਕਿ ਬਾਅਦ ਵਿੱਚ ਸਿੱਧੂ ਮੂਸੇਵਾਲੇ ਨੇ ਆਪਣੇ ਕੈਲਾਬੂਸ ਗਾਣੇ ਦੇ ਪੋਸਟਰ ਵਿੱਚ ਬਣਾਇਆ, ਫਿਰ ਕਰਨ ਔਜਲਾ ਨੇ ਬੈਕ ਦਾ ਫੱਕਅਪ ਐਲਬਮ ਦੇ ਪੋਸਟਰ ਵਿੱਚ, ਫਿਰ ਸਿੱਧੂ ਮੂਸੇਵਾਲੇ ਨੇ ਅਲਟੀਮੇਟਮ ਸਕਿੱਟ ਵਿੱਚ, ਅਤੇ ਫਿਰ ਕਰਨ ਔਜਲਾ ਨੇ ਬੈਕ ਦਾ ਫੱਕਅਪ ਐਲਬਮ ਦੀ ਦੂਜੀ ਇੰਟਰੋ ਵਿੱਚ। ਹੁਣ ਤੁਸੀਂ ਆਪ ਹੀ ਕਮੈਂਟ ਕਰਕੇ ਦੱਸੋ ਕਿ ਕਿਸਨੇ ਕਿਸ ਨੂੰ ਕਾਪੀ ਕੀਤਾ, ਕਿਉਂਕਿ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ। ਬਾਕੀ ਅੱਜ ਦੀ ਵੀਡੀਓ ਵਿੱਚ ਇੰਨੇ 'ਤੇ, ਜੇਕਰ ਤੁਹਾਨੂੰ ਵੀਡੀਓ ਲੱਗੇ ਤਾਂ ਵੀਡੀਓ ਨੂੰ ਲਾਈਕ, ਅਤੇ ਤੁਸੀਂ ਹੋਰਨਾ ਵੀਡੀਓ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਧੰਨਵਾਦ।